ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ, ਦੀ ਹਾਈਟਸ ਆਫ 10 ਗਰਲਸ ਵਰ ਮੇਜ਼ਰਡ ਇਨ ਸੈਂਟੀਮੀਟਰ ਐਂਡ ਦ ਰਿਜ਼ਲਟ ਆਰ ਐਜ਼ ਫੋਲੋ। ਠੀਕ ਹੈ ਜੀ, ਸਾਨੂੰ 10 ਗਰਲਸ ਦੀ ਹਾਈਟ ਗਿਵਨ ਹੈ। ਠੀਕ ਹੈ ਜੀ, ਹਾਊ ਮੈਨੀ ਗਰਲਸ ਹੈਵ ਹਾਈਟ ਮੋਰ ਦੈਨ ਦ ਮੀਨ ਹਾਈਟ। ਠੀਕ ਹੈ, ਸਾਨੂੰ ਬੋਲਿਆ ਹੈ ਕਿ ਜਿਹੜੀ ਦੱਸੋ ਕਿ ਹਾਈਟਸ ਜਿਹੜੀ ਹੈਗੀਆਂ ਉਹ ਮੀਨ ਹਾਈਟ ਤੇ ਕਿੰਨੀਆਂ ਜ਼ਿਆਦਾ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਅਸੀਂ ਕੀ ਲਿਖ ਲੈਂਦੇ ਹਾਂ, ਹਾਈਟਸ ਆਫ ਦੀ ਗਰਲ। ਠੀਕ ਹੈ ਜੀ, ਹਾਈਟਸ ਆਫ ਦੀ 10 ਗਰਲਸ ਕਿੰਨੇ ਗਿਵਨ ਹੈ, 135, 150, 139, 128, 151, 132, 146, 149, 143 ਔਰ 141। ਠੀਕ ਹੈ ਜੀ, ਹੁਣ ਦੇਖੋ ਸਾਨੂੰ ਬੋਲਿਆ ਕੀ ਹੈ, ਮੀਨ ਹਾਈਟ ਜ਼ਿਆਦਾ ਕੱਢਣੀ ਹੈ। ਠੀਕ ਹੈ ਜੀ, ਹਾਈਟ ਤੋਂ ਪਹਿਲਾਂ ਅਸੀਂ ਮੀਨ ਕੱਢ ਲੈਂਦੇ ਹਾਂ। ਠੀਕ ਹੈ, ਸਾਨੂੰ ਮੀਨ ਦਾ ਫਾਰਮੂਲਾ ਪਤਾ ਹੈ, ਮੀਨ ਦਾ ਫਾਰਮੂਲਾ ਕੀ ਹੁੰਦਾ, ਸਮ ਆਫ ਹਾਈਟਸ ਆਫ ਗਰਲਸ ਓਵਰ ਕੀ ਆਏਗਾ, ਨੰਬਰ ਆਫ ਗਰਲਸ। ਠੀਕ ਹੈ ਜੀ, ਜਾਂ ਬੋਲੋ ਟੋਟਲ ਨੰਬਰ ਆਫ ਗਰਲਸ। ਠੀਕ ਹੈ ਜੀ, ਦੇਖੋ ਹੁਣ ਸਮ ਆਫ ਹਾਈਟਸ ਹੈ, ਤਾਂ ਪਹਿਲਾਂ ਅਸੀਂ ਕੀ ਹੈ, ਜਿਹੜੇ ਕੋਲ ਹਾਈਟ ਗਿਵਨ ਉਹਨਾਂ ਦਾ ਸਮ ਲਿਖ ਲੈਣਾ। ਠੀਕ ਹੈ, ਸਾਡੇ ਕੋਲ ਕੀ ਆ ਜਾਏਗਾ, 135 ਪਲੱਸ 150 ਪਲੱਸ 139 ਪਲੱਸ 128 ਪਲੱਸ 151 ਪਲੱਸ 132 ਪਲੱਸ 146 ਪਲੱਸ 149 ਪਲੱਸ 143 ਪਲੱਸ 141। ਠੀਕ ਹੈ ਜੀ, ਹੋ ਗਈ, ਦੇਖ ਟੈਨਿੰਗ ਹੋ ਗਈਆਂ, 1, 2, 3, 4, 5, 6, 7, 8, 9, 10। ਠੀਕ ਹੈ ਜੀ, ਅਤੇ ਨਾਲ ਕੀ ਹੈ ਥੱਲੇ, ਟੋਟਲ ਨੰਬਰ ਆਫ ਗਰਲਸ, ਕਿੰਨੀ ਟੋਟਲ ਨੰਬਰ ਆਫ ਗਰਲਸ, 10। ਠੀਕ ਹੈ ਜੀ, ਹੁਣ ਕੀ ਕਰਦੇ ਹਾਂ ਅਸੀਂ, ਇਹਨਾਂ ਦਾ ਸਮ ਕੱਢ ਲੈਂਦੇ ਹਾਂ। ਠੀਕ ਹੈ, ਦੇਖੋ ਸਮ ਕੀ ਆਏਗਾ ਇਹਨਾਂ ਦਾ, 1, 3, 1, 4, 9, 4, 13, 13 + 6, 19, 19 + 2, 21, 22, 22 + 8, 30, 30 + 9, 39, 0, 39 + 5, 44। ਠੀਕ ਹੈ ਜੀ, ਆ ਗਿਆ ਸਾਡੇ ਕੋਲ 44 ਦਾ। ਠੀਕ ਹੈ ਜੀ, 4 ਕੈਰੀ, 4, 4, 8। ਠੀਕ ਹੈ ਜੀ, 4, 12, 16, 20, 23, 28, 30, 33, 38, 38 + 3, 41। ਠੀਕ ਹੈ ਜੀ, ਫਿਰ 4 ਕੈਰੀ, 4, 1, 5, 6, 4, 1, 5, 6, 7, 8, 9, 10, 11, 12, 13, 14, ਨਾ ਗਿਆ 14। ਠੀਕ ਹੈ ਜੀ, ਨਾਲ ਕੀ ਨਾ ਗਿਆ ਸਾਡੇ ਕੋਲ ਓਵਰ 10। ਠੀਕ ਹੈ ਜੀ, ਤਾਂ ਸਾਡੇ ਆ ਕਿਹਦੇ ਕੋਲ ਆ ਗਿਆ, ਦਿਸ ਇਜ਼ ਇਕੁਅਲ ਟੂ 14, 141.4। ਠੀਕ ਹੈ ਜੀ, ਇਹ ਕੀ ਆ ਗਿਆ ਸਾਡੇ ਕੋਲ, ਮੀਨ ਹਾਈਟ। ਠੀਕ ਹੈ, ਲਿਖ ਲੈਂਦੇ ਹਾਂ ਅਸੀਂ, ਦੇਅਰਫੋਰ ਮੀਨ ਹਾਈਟ ਸਾਡੇ ਕੋਲ ਕਿੰਨੀ ਆ ਗਈ, 141.4 cm। ਠੀਕ ਹੈ ਜੀ, ਹੁਣ ਅਸੀਂ ਕੱਢਣਾ ਕਿ ਕਿੰਨੀਆਂ ਹਾਈਟਸ ਮੀਨ ਹਾਈਟਸ ਤੇ ਜ਼ਿਆਦਾ ਹੈ। ਠੀਕ ਹੈ ਜੀ, ਹੁਣ ਅਸੀਂ ਵੇਖਣੀ ਕਿ ਸਾਡੀ ਮੀਨ, ਅਸੀਂ ਕੀ ਹੈ ਤੇ ਸਰਕਲ ਕਰ ਲਾਂਗੇ, ਜਿਹੜੀ ਹਾਈਟ ਸਾਡੀ ਕੀ ਹੈ ਮੀਨ ਹਾਈਟ ਤੋਂ ਜ਼ਿਆਦਾ ਹੈ, ਕੀ ਹੈ, 141.4। ਠੀਕ ਹੈ ਜੀ, ਆ ਜ਼ਿਆਦਾ ਹੈ ਘੱਟ ਹੈ ਜੀ, ਇੱਕ ਇਹ ਜ਼ਿਆਦਾ ਹੈ। ਠੀਕ ਹੈ ਜੀ, ਇਹ ਘੱਟ ਹੈ, ਇਹ ਵੀ ਘੱਟ ਹੈ ਜੀ, ਇਹ ਜ਼ਿਆਦਾ ਹੈ, ਇਹ ਵੀ ਘੱਟ ਹੈ, ਇੱਕ ਇਹ ਜ਼ਿਆਦਾ ਹੈ, ਇਹ ਵੀ ਜ਼ਿਆਦਾ ਹੈ, ਇਹ ਵੀ ਜ਼ਿਆਦਾ ਹੈ, ਇਹ ਜ਼ਿਆਦਾ ਹੈ ਨਹੀਂ, ਕਿ 141.4 ਹੈ ਸਾਡੇ ਕੋਲ। ਠੀਕ ਹੈ ਜੀ, ਕਿੰਨੀ ਆਇਆ, 1, 2, 3, 4, 5। ਠੀਕ ਹੈ ਜੀ, ਤੁਹਾਡੇ ਕੋਲ ਆਂਸਰ ਕੀ ਆ ਗਿਆ, 5 ਗਰਲਸ ਹੈਵ ਦੀ ਹਾਈਟ ਮੋਰ ਦੈਨ ਮੀਨ ਹਾਈਟ। ਠੀਕ ਹੈ ਜੀ, ਧੰਨਵਾਦ।